ਕਾਂਗਰਸ ਦਾ ਕੇਡਰ ਇੱਕਜੁੱਟ ਹੋ ਗਿਆ, ਦੂਸਰਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਵੀ ਬੜਾ ਬੁਰਾ ਮਨਾ ਰਹੇ ਨੇ ਕਿ ਜਿਹੜੇ ਬੰਦੇ ਨਾਲ ਸਾਨੂੰ ਲੜਾਉਂਦਾ ਸੀ ਭਗਵੰਤ ਤੋਂ, ਸਾਨੂੰ ਇੱਕ ਦੂਜੇ ਨਾਲ ਗਾਲੀ ਗਲੋਚ ਕਰਾਉਂਦਾ ਸੀ, ਉਹਨੂੰ ਸਾਡੇ ਸਿਰ 'ਤੇ ਲਿਆ ਕੇ ਬਿਠਾ ਦਿੱਤਾ ਵਾ। ਇਸ ਕਰਕੇ ਇਹਦਾ ਇਸ ਗੱਲ ਦਾ ਰਿਹਾ, ਔਰ ਸਾਨੂੰ ਮੈਨੂੰ ਐਂ ਲੱਗਦਾ ਕਿ ਧੂਰੀ 'ਚੋਂ ਕਾਂਗਰਸ ਦੀ ਵੋਟ ਅੱਗੇ ਨਾਲੋਂ ਵੱਧ ਕੇ ਨਿਕਲੇਗੀ। ਹਾਂਜੀ, ਇਹ ਨਾ ਇਹ ਸਰਾਸਰ ਝੂਠ ਹੈ। ਦੇਖੋ, ਮੈਂ ਜਿੱਦਣ ਇਹਨਾਂ ਦੇ ਘਰ ਆਇਆ ਉਦੋਂ ਤੁਸੀਂ ਸਾਰੇ ਇੱਥੇ ਹਾਜ਼ਰ ਸੀਗੇ, ਤੁਹਾਡੀ ਹਾਜ਼ਰੀ 'ਚ ਬੋਲਿਆ, ਮੈਂ ਉਹਨੂੰ ਕੋਈ ਬਾਂਹ ਤਾਂ ਨਹੀਂ ਉਹਦੀ ਮਰੋੜੀ। ਉਹਦੀ ਵਾਈਫ ਨੇ ਨਾਅਰੇ ਲਾਏ ਸਾਡੇ ਹੱਕ ਵਿੱਚ। ਗੋਲਡੀ ਨੇ ਆਪਣੀਆਂ ਇੰਟਰਵਿਊਆਂ 'ਚ ਕਿਹਾ ਵਾ ਕਿ ਖਹਿਰਾ ਇੱਕ ਫਾਈਟਰ ਆ, ਉਦੋਂ ਤੱਕ ਠੀਕ ਸੀ ਨਾ। ਉਸ ਤੋਂ ਬਾਅਦ 3 ਕੁ ਦਿਨ ਛੱਡ ਕੇ ਮੈਨੂੰ ਘਰ ਆਪਣੇ ਖਾਣੇ 'ਤੇ ਬੁਲਾਇਆ ਵਾ, ਫਿਰ ਸਾਰੇ ਫਿਰ MC ਸੱਦੇ ਆ, ਫਿਰ ਸਾਰੇ ਛੋਟੇ ਮੋਟੇ ਸਰਪੰਚ ਫਿਰ ਸੱਦੇ ਆ, ਦਫ਼ਤਰ ਦੇ ਵਿੱਚ ਬੈਠ ਕੇ ਸਾਰੀ ਫਿਰ ਮੀਟਿੰਗ ਕੀਤੀ, ਉਦੋਂ ਮੀਡੀਆ ਨਹੀਂ ਸੱਦਿਆ। ਅਤੇ ਉਸ ਤੋਂ 1.5 ਦਿਨ ਬਾਅਦ ਕਿਹੜੀ ਗੱਲ ਹੋ ਗਈ ਕਿ ਖਹਿਰੇ ਨੇ ਕੰਪੇਨ 'ਚ ਨਹੀਂ ਲੈ ਕੇ ਗਿਆ? ਮੈਂ ਉਹ ਅਕਸਰ ਜੇ ਆਪਣਾ ਅਵੇਲੇਬਲ ਹੁੰਦਾ ਤਾਂ ਹੀ ਉਹ ਕੰਪੇਨ 'ਚ ਜਾਂਦਾ। ਮੈਂ ਕਚਹਿਰੀ 'ਚ ਮੀਟਿੰਗ ਰੱਖੀ ਸੀਗੀ ਇਹਦੇ ਕਚਹਿਰੀ ਵਾਲੀ ਮੀਟਿੰਗ 'ਚ ਵੀ। ਸੁਣੋ ਨਾ, ਉਹ ਗਲਤ ਕਹਿ ਰਹੇ ਨੇ ਨਾ, ਕਚਹਿਰੀ ਦੀ ਮੀਟਿੰਗ ਰਾਤ 9 ਵਜੇ ਤੈਅ ਹੁੰਦੀ ਆ ਕਿ ਅਗਲੇ ਦਿਨ ਅਸੀਂ ਬਾਰ ਦੀ ਮੀਟਿੰਗ 'ਚ ਜਾਣਾ ਵਾ। ਮੈਂ ਇਹਨੂੰ ਟੈਲੀਫੋਨ ਕਰਨ ਲੱਗ ਜਾਂਦਾ, ਜਦੋਂ ਘੰਟੀਆਂ ਜਾਣ ਲੱਗ ਗਈਆਂ ਇਹਨੇ ਟੈਲੀਫੋਨ ਬੰਦ ਕਰ ਦਿੱਤਾ, ਦੈਟ ਮੀਨਸ ਮੇਰੀ ਰਿੰਗ ਜਾ ਚੁੱਕੀ ਹੈ। ਫਿਰ ਮੈਂ ਤੁਹਾਨੂੰ ਟੈਕਸਟ ਦਿਖਾਉਣਾ ਚਾਹੁੰਦਾ, ਵੈਸੇ ਇਹਨੂੰ ਝੂਠਾ ਸਾਬਰ ਅਨੇਕ ਮੇਰਾ ਫੋਨ ਲਿਆਇਓ, ਫਿਰ ਮੈਂ ਇਹਨੂੰ ਟੈਕਸਟ ਕੀਤਾ ਮੈਸੇਜ ਉੱਦਣ ਹੀ ਰਾਤ ਨੂੰ, ਜਿੱਦਣ ਅਗਲੇ ਦਿਨ ਸਵੇਰੇ ਜਾਣਾ ਸੀਗਾ ਬਾਹਰ ਦੀ ਮੀਟਿੰਗ 'ਤੇ, ਇਹਨੇ ਮੇਰੀ ਟੈਕਸ ਦਾ ਜਵਾਬ ਨਹੀਂ ਦਿੱਤਾ। ਫਿਰ ਅਗਲੇ ਦਿਨ ਫਿਰ ਫੋਨ ਕੀਤਾ ਸਵੇਰੇ ਉੱਠ ਕੇ, ਹੈਲੋ ਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਹੈ ਤਾਂ ਤੁਹਾਡਾ 2 ਮਿੰਟ ਅੱਗੇ ਹੈਗਾ, ਫੜਿਓ ਜੀ ਜ਼ਰਾ। ਆਲ ਜਸਟ ਸ਼ੋ ਯੂ ਦਾ ਟੈਕਸਟ ਐਂਡ ਡੇਟ, ਤੁਹਾਨੂੰ ਪਤਾ ਲੱਗ ਜਾਏਗਾ ਬਾਹਰ ਵਾਲੀ ਮੀਟਿੰਗ ਤੋਂ 1 ਦਿਨ ਪਹਿਲਾਂ ਦਾ ਟੈਕਸਟ ਆ, ਅਗਰ ਹੋਇਆ ਮੇਰੇ ਕੋਲ ਸੇਵ ਨਾ। ਖੈਰਾ ਸਾਹਿਬ, ਪਾਰਟੀ ਕਿੰਨਾ ਕੁ ਫਰਕ ਪਊਗਾ? ਜਸਟ 1 ਮਿੰਟ, ਕੋਈ ਨਹੀਂ, ਤੁਸੀਂ ਐਡਿਟ ਕਰ ਲੈਣਾ ਉਸਨੂੰ। ਹਲੋ, ਆ ਸੋਮਵਾਰ ਦਾ ਪੜ੍ਹੋ। ਡੇਅਰ ਗੋਲਡੀ, ਸਿੰਸ ਯੋਰ ਫੋਨ ਇਜ਼ ਆਊਟ ਆਫ ਰੀਚ, ਯੂ ਆਰ ਰਿਕੁਐਸਟਡ ਟੂ ਜੁਆਇਨ ਮੀ ਫੋਰ ਦਾ DBA ਡਿਸਟ੍ਰਿਕਟ ਬਾਰ ਐਸੋਸੀਏਸ਼ਨ ਧੂਰੀ ਮੀਟਿੰਗ ਟੂਡੇ 12:15 ਟੂ ਮੀਟ ਆਲ ਐਡਵੋਕੇਟਸ ਰਿਗਾਰਡਸ ਖੇਰਾ। ਫਿਰ ਅੱਗੇ ਲਿਖਿਆ, ਪਲੀਜ਼ ਕਾਲ ਮੀ ਵੈਨ ਯੂ ਆਰ ਅਵੇਲੇਬਲ। ਆਹ ਇੱਕ ਰਾਤ ਪਹਿਲਾਂ ਦਾ ਸੁਣੋ, ਇਹ ਆਹ ਮੈਂ ਪਿੰਡਾਂ ਦੀ ਕਾਪੀ ਮੰਗ ਰਿਹਾ ਉਹਦੇ ਕੋਲ ਫਰਾਈਡੇ 'ਤੇ, ਮਤਲਬ ਔਰ ਇਹਦੇ ਟੈਲੀਫੋਨ 'ਤੇ ਕਾਲ ਰਿਕਾਰਡ ਕਰਾ, ਤਾਂ ਰਿੰਗਾਂ ਗਈਆਂ ਹੋਈਆਂ ਇੱਕ ਰਾਤ ਪਹਿਲਾਂ ਦੀਆਂ, 1 ਦਿਨ ਪਹਿਲਾਂ ਦੀਆਂ, ਔਰ ਅਗਲੇ ਦਿਨ ਸਵੇਰੇ ਵੀ ਟਰਾਈ ਕਰਦਾ। ਸੋ ਦਿਸ, ਇਹ ਉਹਨੇ ਬਹਾਨਾ ਬਣਾਇਆ ਵਾ। ਅਸਲ ਕਹਾਣੀ ਘੁੰਮ ਕੇ ਆਉਂਦੀ ਆ ਕਿ ਵਿਚਾਰਾ ਘਬਰਾ ਗਿਆ ਸੀਗਾ, ਔਰ ਮੇਰੀ ਹਮਦਰਦੀ ਉਹਦੇ ਨਾਲ। ਅਗਰ ਇਸ ਤਰ੍ਹਾਂ ਦੀ ਪੋਲੀਟਿਕਸ ਭਗਵੰਤ ਮਾਨ ਪਰਸੂ ਕਰੇਗਾ, ਮੇਰੀ ਹਮਦਰਦੀ ਉਹਦੇ ਨਾਲ, ਮੈਨੂੰ ਕੋਈ ਗਿਲਾ ਨਹੀਂ ਗਾ, ਕੋਈ ਗੱਲ ਨਹੀਂ। ਅਗਰ ਉਹ ਜੇਲ੍ਹ ਜਾਣ ਤੋਂ ਡਰਦਾ ਸੀ, ਪਰਚਿਆਂ ਤੋਂ ਡਰਦਾ ਸੀ, ਮੇਰੀ ਹਮਦਰਦੀ ਆ। ਪਰ ਮੈਨੂੰ ਦੁੱਖ ਇਸ ਗੱਲ ਦਾ ਵਾ ਕਿ ਘੱਟੋ ਘੱਟ ਆਪਣੀ ਵਾਈਫ ਦੀ ਇੱਜ਼ਤ ਰੱਖ ਲੈਂਦਾ, ਜਿਹੜੇ ਘਰਵਾਲੀ ਦੇ ਪਿੱਛੇ ਉਹ ਲਾ ਕੇ ਅਤੇ ਉਹਦੀ ਤੋਹੀਨ ਕਰਦੇ ਰਹੇ ਆ, ਅਤੇ ਮੋਟਰਸਾਈਕਲ ਇਨਾਮ ਵਿੱਚ ਦਿੱਤਾ ਵਾ, ਅਤੇ ਬੜਾ ਔਖਾ ਇਸ ਗੱਲ ਨੂੰ ਡਾਈਜੈਸਟ ਕਰਨਾ, ਟੋਲਰੇਟ ਕਰਨਾ। ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ, ਮੇਰੀ ਗੱਲ ਯਾਦ ਰੱਖੋ ਕੈਮਰਿਆਂ 'ਤੇ, ਇਹੀ ਗੋਲਡੀ ਥੋੜ੍ਹੇ ਮਹੀਨਿਆਂ ਜਾਂ 1.5 ਸਾਲ ਬਾਅਦ, ਜਿਹੜਾ ਕਹਿੰਦਾ ਮੈਂ ਜ਼ਿੰਦਗੀ ਦੀ ਝੋਲੀ 'ਚ ਪੈ ਗਿਆ, ਨਹੀਂ ਪਿਆ, ਮੇਰੀ ਵੀਡੀਓ ਸਾਂਭ ਕੇ ਰੱਖਿਓ, ਇਹ ਵਾਪਸ ਕਾਂਗਰਸ 'ਚ ਆਵੇ ਔਰ ਸੱਚੀ ਗੱਲ ਦੱਸੇਗਾ ਕਿ ਮੇਰੇ ਖਿਲਾਫ਼ ਪਰਚੇ ਦਰਜ ਕੀਤੇ ਸੀ, ਮੇਰੀਆਂ ਬਾਹਾਂ ਮਰੋੜੀਆਂ, ਮੈਨੂੰ ਧਮਕਾਇਆ, ਮੈਨੂੰ ਡਰਾਇਆ, ਤਾਂ ਮੈਂ ਆਮ ਆਦਮੀ ਪਾਰਟੀ ਦੀ ਸਪੋਰਟ 'ਚ ਗਿਆ। ਔਰ ਅਗਲੀ ਗੱਲ, ਇੱਕ ਮਿੰਟ, ਭਗਵੰਤ ਮਾਨ ਇੱਕ ਪਾਸੇ ਕਹੀ ਜਾਂਦਾ 13-0 ਜਿੱਤਣਾ, ਇੱਕ ਪਾਸੇ ਉਹਨੂੰ ਗੋਲਡੀ ਦੀ ਲੋੜ ਪੈ ਗਈ। ਇੱਥੋਂ ਇਹਦਾ ਮਤਲਬ ਹੈ ਕਿ ਐਡਾ ਕਮਜ਼ੋਰ ਹੋ ਗਿਆ ਅੰਦਰੋਂ, ਹਿੱਲ ਗਿਆ ਵਾ, ਖੜਕ ਗਿਆ ਵਾ, ਉਹਨੂੰ ਲੱਗ ਰਿਹਾ ਕਿ ਸੰਗਰੂਰ ਨਾਲ ਹਾਰ ਜਾ ਮੈਂ ਇੱਥੇ ਆਣ ਕੇ, ਤਾਂ ਕਰਕੇ ਗੋਲਡੀ ਨੂੰ ਲੈ ਕੇ ਗਿਆ ਨਾ। ਜੇ ਉਹ ਕਹਿੰਦਾ ਕਿ ਮੈਂ ਜਿੱਤ ਰਿਹਾ 13 ਸੀਟਾਂ, ਤਾਂ ਸੰਗਰੂਰ ਵੀ ਜਿੱਤ ਰਿਹਾ, ਫਿਰ ਗੋਲਡੀ ਦੀ ਕਾਹਦੀ ਲੋੜ ਸੀਗੀ? ਜਦੋਂ ਪਾਰਟੀ ਨੂੰ ਕਿੰਨਾ ਕੁ ਫਰਕ ਪਊ? ਮੈਂ ਤੁਹਾਨੂੰ ਦੱਸਿਆ ਕਿ ਇਹਦਾ ਨਾ ਰਿਐਕਸ਼ਨ ਹੋਇਆ ਵਾ, ਇੱਕ ਤਾਂ ਕਾਂਗਰਸ ਸਾਰੀ ਇਕੱਠੀ ਹੋ ਗਈ, ਬਹੁਤ ਸਾਰੇ ਇਹਦੇ ਖੇਮੇ ਬਣੇ ਹੋਏ ਸੀਗੇ, ਇਹਦੇ ਇਹਨੇ ਮਤਲਬ ਕਾਂਗਰਸ ਨੂੰ ਨਾਰਾਜ਼ਗੀ ਬੜੀ ਪੈਦਾ ਕੀਤੀ ਹੋਈ ਸੀ। ਇੱਕ ਤਾਂ ਉਹ ਖੇਮੇ ਇਕੱਠੇ ਹੋ ਗਏ ਸਾਰੇ, ਇੱਕ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਉਹੀ ਗੋਲਡੀ ਸਾਡੇ ਸਿਰ 'ਤੇ ਲਿਆ ਕੇ ਬਿਠਾ ਦੇਗਾ ਹੁਣ ਤੂੰ। ਸੋ ਦੇਰ ਇਜ਼ ਅ ਰਿਐਕਸ਼ਨ ਅਗੇਂਸਟ ਦਿਸ। ਇੱਕ ਕਹਿ ਰਹੇ ਨੇ ਵੀ ਮੈਂ 3 ਦਿਨ CM ਆਫਿਸ ਬੈਠਾ ਰਿਹਾ, ਕਿਸੇ ਨੇ ਮਨਾਉਣ ਤੱਕ ਦੀ ਗੱਲ ਨਹੀਂ ਕੀਤੀ। 3 ਦਿਨ ਕਿੱਥੇ ਲਾਏ ਆ ਜੀ? ਅੱਜ ਪੋਸਟ ਪਾਈ ਆ, ਅਤੇ ਮੇਰੇ ਖਿਆਲ 1 ਦਿਨ ਛੱਡ ਕੇ ਅਤੇ ਉਹਦੀ ਝੋਲੀ 'ਚ ਪੈ ਗਿਆ ਜਾ ਕੇ ਸਵੇਰੇ 9 ਵਜੇ। 3 ਦਿਨ ਕਿੱਥੋਂ ਹੋ ਗਏ? ਇਹ ਦੇਖੋ ਗੱਲ, ਫਿਰ ਮੇਰੀ ਗੱਲ ਅੱਛੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ। ਇਹ ਸਾਰੀਆਂ ਬਹਾਨੇ ਸਾਜ਼ੀਆਂ ਨੇ,
ਇਹਨੂੰ ਜੋ ਬਣਾ ਰਿਹਾ ਕਿ ਫੋਨ ਨਹੀਂ ਆਇਆ, ਮੀਟਿੰਗ 'ਚ ਨਹੀਂ ਬੁਲਾਇਆ, ਇਹ ਸਾਰੀਆਂ ਬਹਾਨੇ ਨੇ। ਅਸਲ ਕਹਾਣੀ ਤੁਹਾਨੂੰ ਦੱਸਤੀ ਕਿ ਕਿਉਂ ਉਹ ਗਿਆ ਵਾ, ਪਰ ਹੁਣ ਜੇ ਚਲੇ ਗਿਆ ਵਾ ਤਾਂ ਮੇਰੀਆਂ ਉਹਦੀਆਂ ਗੁੱਡ ਵਿਸ਼ਸ ਆ, ਪਰ ਆਪਣਾ ਉਹਨੇ ਬਹੁਤ ਵੱਡਾ ਪੋਲੀਟੀਕਲ ਬਲੰਡਰ ਕੀਤਾ, ਇਹ ਤੁਸੀਂ ਯਾਦ ਰੱਖਣਾ।